ਗਾਇਜ਼ ਕੀ ਹਾਲ ਨੇ, ਸਵਾਲ ਤੁਹਾਡਾ ਮਨਾਸ਼ੀ ਸਾਹਿਬ ਲਾ। ਉਹਦੇ ਵਿੱਚ ਜਿਹੜੇ ਜਿਹੜੇ ਵੀਰਾਂ ਤੀ ਨਵੇਂ ਸਬਸਕ੍ਰਾਈਬ ਕਰ ਦਿਓ, ਅਤੇ ਅੱਜ ਮੈਂ ਜਾਊਂਗਾ ਚਾਚੀ ਨਾਲ ਏਜੰਸੀ 'ਚ ਜੌਨ ਡੀਅਰ ਦੀ 'ਚ, ਅਤੇ ਆਪਾਂ ਉੱਥੇ 4WD 4x4 ਟਰੈਕਟਰ ਦੇਖਾਂਗੇ। ਅਤੇ ਸਟੇ ਟਿਊਨ ਰਹੋ, ਦੇਖੋ ਫਿਰ ਅੱਗੇ। ਆਹ ਦੇਖ ਲਓ ਮਿੱਤਰੋ, 3 ਟਰੈਕਟਰ ਖੜ੍ਹੇ ਨੇ, ਅਤੇ ਇਹਦੀ ਲੁੱਕ ਦੇਖ ਲਓ। ਪਹਿਲਾਂ ਤਾਂ ਸਾਰੇ ਆਲੇ ਦੁਆਲੇ 4x4 ਦੇ, ਤੁਹਾਨੂੰ ਜਿਹੜਾ ਪਤਾ ਜਿਹਾ ਲੱਗ ਜਾਵੇ ਵੀ ਕਿਵੇਂ ਦਾ ਹੈਗਾ, ਠੀਕ ਆ। ਅਤੇ ਆਹ ਦੇਖ ਲਓ ਮਾਰਲੇ ਟਾਇਰ ਦੇਖ ਲਓ, ਠੀਕ ਆ। 16-9-28 ਦੇ ਟਾਇਰ ਨੇ, ਠੀਕ ਆ। ਦੇਖੋ ਕਿੱਡੇ ਟਾਇਰ ਨੇ, ਮੇਰੇ ਬਰਾਬਰ ਆਉਂਦਾ, ਮੇਰੇ ਤੋਂ ਜਾਣੇ ਛੋਟੇ ਨੇ ਥੋੜੇ ਜੇ। ਤੇ ਆਹ ਦੇਖ ਲਓ ਉਹਦੇ ਮੂਹਰਲਾ ਟਾਇਰ ਵੀ ਮਿੱਤਰੋ ਕਿੱਡਾ ਗਾ, ਠੀਕ ਆ। ਅੱਪ ਦੇਖ ਲਓ ਕਿੱਡੀ ਵੱਡੀ ਇਹਦੇ ਟਾਇਰ ਦੀ, ਬਾਹਲਾ ਸੋਹਣਾ ਜਾਣੀ ਟਰੈਕਟਰ। ਬਾਕੀ ਤਾਂ ਦੇਖਦੇ ਹਾਂ ਉੱਥੇ ਜਾ ਕੇ ਪਲੈਟਫਾਰਮ, ਯਾਰ ਜੇ ਜਾਣੀ ਫਲੈਟ ਕਰ ਲੈਂਦੇ ਬਾਹਲਾ ਘੈਂਟ ਸੀਗਾ ਕੰਮ। ਸੀਟ ਦੇਖੋ ਮਿੱਤਰੋ ਕਿੰਨੀ ਵਧੀਆ, ਮਿੱਤਰੋ ਟਰੈਕਟਰ ਹੈ ਵੀ ਦੇਖੋ ਕਿੰਨਾ ਕੁ ਜ਼ਿਆਦਾ, ਹੈ ਨਾ। ਆਹ ਦੇਖੋ ਯਾਰ ਇਹਦੇ ਆਹ ਪਤਾ ਨਹੀਂ ਕਿਹੜੀ ਚੀਜ਼ ਨੂੰ ਪਾਈ ਹੋਈ ਆ, ਥੱਲੇ ਇੱਕ ਕਾਲੇ ਰੰਗ ਦੀ ਪੈਪ ਜੀ ਪਾਈ ਹੋਈ ਹੈਗੀ। ਮਿੱਤਰੋ ਬਹੁਤ ਹੈਵੀ ਆ ਟਰੈਕਟਰ, ਜਾਣੀ ਦੀ ਚੁੱਲ੍ਹਾ ਚੱਲਾ ਦੇਖੋ ਕਿੰਨਾ ਹੈਵੀ ਹੈ ਇਹਦਾ। ਪਲੈਟਫਾਰਮ ਬਹੁਤ ਸੋਹਣਾ ਬਣਾਇਆ ਹੋਇਆ ਜਾਣੀ ਦੀ, ਪਿੱਛੋਂ ਤੁਹਾਨੂੰ ਦਿਖਾਉਣਾ ਕਿੰਨਾ ਹੈਵੀ ਆ ਟਰੈਕਟਰ। ਦੇਖੋ ਮਿੱਤਰੋ ਬਹੁਤ ਹੈਵੀ ਟਰੈਕਟਰ ਹੈਗਾ ਮਿੱਤਰੋ, ਆਹ ਦੇਖ ਲਓ ਕਿੰਨੀ ਘੈਂਟ ਚੀਜ਼ ਹੈ, ਠੀਕ ਹੈ। ਇਹ ਲਿਫਟ ਉੱਤੇ ਥੱਲੇ ਕਰਨ ਨੂੰ ਆ, ਨਹੀਂ ਬੰਦੇ ਨੂੰ ਪਿੱਛੇ ਕਢਾਉਣਾ ਪੈਂਦਾ, ਇਹ ਉਹਦੇ ਲਈ ਆ। ਇੱਥੋਂ ਹੀ ਬੰਦਾ ਹੱਥ ਲਾ ਕੇ ਆਪਦਾ ਨਜ਼ਾਰੇ ਨਾਲ ਕਰਦਾ ਲਿਫਟ ਉੱਤੇ ਥੱਲੇ, ਠੀਕ ਆ। ਜਿਵੇਂ ਟਰਾਲੀ ਟਰੂਲੀ ਪਾਉਣੀ ਹੈਗਾ ਬਹੁਤ ਸੌਖਾ ਹੋ ਜਾਂਦਾ, ਠੀਕ ਆ। ਆਹ ਚੀਜ਼ ਇਹਦੀ ਹੈਵੀ ਦੇਖੋ ਮਿੱਤਰੋ ਕਿੰਨੀ ਹੈਵੀ ਹੈਗੀ ਮਿੱਤਰੋ, ਆਹ ਲਾਈਟ ਇਹਦੀ ਦੇਖੋ ਕਿੰਨੀ ਪਿਆਰੀ ਲਾਈਟ ਆ, ਠੀਕ ਆ। ਆਹ ਬਹੁਤ ਘੈਂਟ ਆ ਇਹਦੀ ਲਾਈਟ, ਪੂਰੇ ਟਾਇਰ ਮਿੱਤਰੋ ਚਲੋ ਇੰਜੀਨੀਅਰ ਲੈਵਲ ਇਹਦਾ ਅਗਲਾ ਆਪਦਾ। ਟਾਇਰ ਜੇ ਥੋੜ੍ਹੇ ਜਿਹੇ ਮੋਟੇ ਹੁੰਦੇ ਤਾਂ ਬਾਹਲਾ ਘੈਂਟ ਲਾ ਦੇਣ ਦੀਆਂ, ਹਲਕੇ ਚੋਰ ਚੌੜੇ ਹੁੰਦੇ ਤਾਂ ਟਾਇਰ ਬਹੁਤ ਸੋਹਣੇ ਲੱਗਦੇ ਨੇ ਮੂਹਰਲੇ ਟਰੈਕਟਰ। ਬਹੁਤ ਜਾਣ ਤਾਂ ਤੁਹਾਨੂੰ ਪਤਾ ਹੀ ਆ ਮਿੱਤਰੋ ਇਹ ਟਰੈਕਟਰਾਂ 'ਚ ਬਹੁਤ ਆ, ਠੀਕ ਆ। ਆਖਰ ਨੂੰ 4x4 ਆ ਗਾ ਟਰੈਕਟਰ ਵੀ, ਟਰੈਕਟਰ ਰੰਗ ਰੁੰਗ ਬਹੁਤ ਪਿਆਰਾ ਮਿੱਤਰੋ। ਅਤੇ ਬਾਕੀ ਆਹ ਲਾਈਟਾਂ ਯਾਰ ਬਹੁਤ ਸੋਹਣੀਆਂ ਲੱਗਦੀਆਂ, ਠੀਕ ਆ। ਇਹਦਾ ਜੇ ਨਾ ਵੀ ਚੇਂਜ ਕਰੀਏ, ਜੇ ਮੋਡੀਫਾਈ ਵੀ ਕਰਨਾ ਹੋਵੇ ਆਪਾਂ, ਤਾਂ ਵੀ ਜਿਹੜੇ ਸਿੰਪਲ ਰੱਖ ਕੇ ਕੰਮ ਚੱਲ ਜੂਗਾ, ਸੋਹਣੀਆਂ ਲੱਗਦੀਆਂ ਨੇ ਆਗੇ ਮਿੱਤਰੋ। ਇੱਥੇ ਆਹ ਹੀਟ ਗਾਰਡ ਲਾਇਆ ਹੋਇਆ, ਇੱਥੋਂ ਫੜ ਕੇ ਚੜ੍ਹਨ ਨੂੰ ਵੀ ਨਹੀਂ ਆ ਰਹੇ, ਨਾਲ ਆਰਾਮ ਨਾਲ ਬੰਦਾ ਚੜ੍ਹ ਜਾਂਦਾ। ਦੇਖ ਲਓ ਮਿੱਤਰੋ ਇੰਸਟਰੂਮੈਂਟ ਕਲਸਟਰ ਕਿੰਨਾ ਸੋਹਣਾ ਬਣਾਇਆ ਹੋਇਆ, ਠੀਕ ਹੈ। ਇਹਦਾ ਅਤੇ 4 ਸਪੀਡ ਆ, ਹੈ ਨਾ, ਏ ਬੀ ਸੀ ਡੀ, 4 ਸਪੀਡ ਟਰੈਕਟਰ ਆਈ ਜਾਣਾ ਜੀ ਇਹ, ਹਾਂ ਜੀ ਮਿੱਤਰੋ। ਆਹ ਦੇਖ ਲਓ 4 ਸਪੀਡ ਟਰੈਕਟਰ ਆ, ਠੀਕ ਆ। ਇੰਸਟਰੂਮੈਂਟ ਕਲਸਟਰ ਦੇਖ ਲਓ ਇਹਦਾ ਕਿੰਨਾ ਪਿਆਰਾ ਬਣਾਇਆ ਮਿੱਤਰੋ, ਇਹਦੀ ਵੀ ਸੋਹ ਦੇਖੋ ਤੁਸੀਂ। ਆਹ ਹੁਣ ਜਿੰਨੇ ਨਵੇਂ ਟਰੈਕਟਰ ਜਾਂਦੇ ਨੇ ਐਨ ਨੀਵੀਂ ਇਹਨਾਂ ਦੀ ਸੋਹ, ਠੀਕ ਆ। ਅਤੇ ਆਹ ਹੀਟ ਗਾਰਡ ਵਧੀਆ ਦਿੱਤੇ ਹੋਣੇ, ਜਾਣੀ ਦੀ ਇੱਥੇ ਹੀਟ ਗਾਰਡ ਐਨ ਜਿਹਨਾਂ ਦੀ ਸੇਕ ਲੱਗਦਾ ਨਹੀਂ ਹੈਗਾ ਇੱਧਰ, ਠੀਕ ਆ। ਅਤੇ ਆਹ ਦੇਖ ਲਓ ਇਹਦੇ ਗੇਅਰ, ਅਤੇ ਬਾਕੀ ਇੱਧਰ ਨਾਲ ਆ, ਇੱਥੇ ਆਪਦਾ ਨਜ਼ਾਰਨਾ ਹੱਥ ਪੈਂਦਾ, ਜਾਣੀ ਦੀ ਪੂਰਾ ਐਨ ਓਕਿਆ ਕੰਮ। ਇੱਥੋਂ ਆਪਾਂ ਦਾ ਲਿਫਟ ਉੱਤੇ ਥੱਲੇ ਕਰ ਸਕਦੇ ਹਾਂ, ਠੀਕ ਆ। ਵੈਸੇ ਯਾਰ ਟਰਾਲੀ ਪਾਉਣੀ ਹੈ ਸਖਾਲਾ ਹੈਗਾ ਇਹ ਮਿੱਤਰੋ। ਯਾਰ ਇੱਕ ਗੱਲ ਆ ਇਹਦੀ ਟਰੈਕਟਰ ਦੀ, ਇਹ ਹੈਵੀ ਬਹੁਤ ਲੱਗਦਾ ਮਤਲਬ, ਹੈਵੀ ਇਸ ਕਰਕੇ ਲੱਗਦਾ ਕਿਉਂਕਿ ਗੁੰਦਮਾ ਬਣਾਇਆ ਹੋਇਆ, ਹੁਣ ਟੈਂਕੀ ਇੱਥੇ ਆ ਜਾਂਦੀ ਆ, ਠੀਕ ਆ ਇਹਦੀ। ਅਤੇ ਜਿਹੜੀ ਆਹ ਆ ਗਿਆ ਪਿੱਛੋਂ ਪਿਛਲੀ ਸੋਹ ਹੈਗੀ ਉਹ ਬਹੁਤ ਹੈਵੀ ਆ। ਇੱਕ ਇਹਨਾਂ ਨੇ ਹੋਰ ਬਹੁਤ ਘੈਂਟ ਚੀਜ਼ ਹੈਗੀ ਮਿੱਤਰੋ, ਇਹਦਾ ਸਲਾਂਸਰ ਵੀ ਇਹਨਾਂ ਨੇ ਬਾਹਰ ਕੱਢ ਕੇ ਲਾਇਆ ਹੋਇਆ ਨਾ, ਤਾਂ ਕਹਿਣ ਸਿੱਧਾ ਐਨ ਸਾਰਾ ਦਿੰਦਾ, ਖੁੱਲ੍ਹ ਕੇ ਹੀ ਦਿੰਦਾ ਜਾਣੀ ਦੀ ਵਿਊ ਆਪਾਂ ਨੂੰ ਅੱਗੇ। ਇਸ ਕਰਕੇ ਬਹੁਤ ਫਾਇਦਾ ਮਿੱਤਰੋ ਇਹ ਚੀਜ਼ ਦਾ। ਪਿੱਛੋਂ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਹੈਵੀ ਹੈਗਾ, ਠੀਕ ਆ। ਟਿਊਬਾਂ ਡਾਬਾਂ ਦੇਖੋ ਇਹਦੀਆਂ ਕਿੰਨੀਆਂ ਭਾਰੀ, ਠੀਕ ਆ ਮਿੱਤਰੋ, ਪਿੱਛੋਂ ਤਾਂ ਬਹੁਤ ਹੈਵੀ ਹੈਗਾ। ਬਾਕੀ ਇੱਧਰ ਖੜ੍ਹਾ ਜਿਹੜਾ 5310 ਇਹਦੇ 'ਚ ਦੇਖਦੇ ਹਾਂ ਆਪਾਂ, ਬਾਕੀ ਇਹਦਾ ਇੱਕ 2x2 ਹੈਗਾ, ਠੀਕ ਆ। ਅਤੇ ਇਹਦਾ ਮੈਨੂੰ ਸਪੀਡ ਵੀ 3 ਹੋਊਗਾ ਇਹ, ਨਹੀਂ ਮਿੱਤਰੋ ਯਾਰ ਇਹ ਵੀ 4 ਸਪੀਡ ਆ, ਇਹ ਵੀ ਟਰੈਕਟਰ 4 ਸਪੀਡ ਆ, ਠੀਕ ਆ। ਬਾਕੀ ਇਹਦੇ ਵਿੱਚ ਫਰਕ ਇਹ ਆ ਮਿੱਤਰੋ, 5310 ਦੇ ਵਿੱਚ ਜਿਹੜੀ ਲਿਫਟ ਉੱਥੇ ਉੱਤੇ ਥੱਲੇ ਕਰਨ ਵਾਲੀ ਉਹ ਪਿੱਛੇ ਲੱਗੀ ਆ, ਇਹਦੇ ਵਿੱਚ ਮਿਸ ਕਰੀ ਹੋਈ ਆ, ਉਹਦੇ ਇਹਦੇ ਵਿੱਚ ਨਹੀਂ ਹੈਗੀ ਉਹ ਲਿਫਟ ਉੱਤੇ ਥੱਲੇ ਕਰਨ ਵਾਲੀ, ਯਾਨੀ ਵੀ ਬਾਕੀ ਸਾਰਾ ਸਿਸਟਮ ਇਹਦਾ ਸੇਮ ਹੀ ਹੈਗਾ, ਠੀਕ ਆ। ਬਾਕੀ ਪਾਵਰਾਂ ਦਾ ਫਰਕ ਹੋਊਗਾ ਨਾ, ਬਾਕੀ ਹੁਣ ਇੱਥੇ ਬਾਈ ਹੋਣੀ ਹੈ ਨਹੀਂ, ਨਹੀਂ ਤਾਂ ਤੁਹਾਨੂੰ ਦੱਸ ਦਿੰਦੇ ਡਿਟੇਲ ਐਨ। ਅਤੇ ਮਿੱਤਰੋ ਬਾਕੀ ਆਹ ਦੇਖ ਲਓ ਪਿੱਛੋਂ ਕਿੰਨਾ ਹੈਵੀ ਆ, ਠੀਕ ਆ। ਇਹ ਵੀ ਟਰੈਕਟਰ ਯਾਰ, ਇਹ ਟਰੈਕਟਰਾਂ ਦੀ ਮੈਨੂੰ ਇਹੀ ਗੱਲ ਬਹੁਤ ਖਾਸ ਲੱਗਦੀ ਹੈਗੀ, ਇਹ ਪਿੱਛੋਂ ਬਹੁਤ ਜ਼ਿਆਦਾ ਹੈਵੀ ਨੇ। ਦੇਖੋ ਲੁੱਕ, ਦੇਖੋ ਕਿੰਨੀ ਸੋਹਣੀ ਭਰਮੀ ਲੁੱਕ ਆਉਂਦੀ ਆ, ਠੀਕ ਆ। ਅਤੇ ਬਾਕੀ ਆਹ ਟਰੈਕਟਰ ਦਾ, ਇਹ ਟਰੈਕਟਰ ਇਹ ਟਰੈਕਟਰ ਦੀਆਂ ਨੇ ਦੇਖੋ। ਅਤੇ ਮਿੱਤਰੋ 1510 ਹੈਗਾ ਦੀ 4x4, ਠੀਕ ਆ। ਇੱਧਰ ਆ ਜਾਂਦਾ 2x2, ਅਤੇ ਤੁਸੀਂ ਆਹ ਵੀ ਦੇਖ ਸਕਦੇ ਹੋ ਟਰੈਕਟਰ ਮਿੱਤਰੋ, ਇਹ ਵੀ ਬਹੁਤ ਸੋਹਣਾ, ਠੀਕ ਆ। ਇਹਦੇ ਟਾਇਰ ਹੈਗੇ ਨੇ 16-9-28 ਦੇ ਨੇ ਇਹਦੇ ਵੀ ਟਾਇਰ, ਠੀਕ ਆ, ਤੁਸੀਂ ਦੇਖ ਸਕਦੇ ਹੋ। ਬਹੁਤ ਹੈਵੀ ਬਣਾਇਆ ਹੋਇਆ, ਬਸ ਜਿਹੜਾ 4x4 ਆ ਉਹਦੇ 'ਚ ਆਹ ਫੀਚਰ ਬਹੁਤ ਘੈਂਟ ਹੈਗਾ ਵੀ ਲਿਫਟ ਆਪਾਂ ਉਰੂੰ ਹੀ ਆਪਰੇਟ ਕਰ ਸਕਦੇ ਹਾਂ ਉੱਧਰ, ਉਹਦੇ ਜਿਹੜਾ ਤੁਹਾਨੂੰ ਦਿਖਾਇਆ ਉਹਦਾ ਜਾਣੀ ਫੀਚਰ ਬਹੁਤ ਘੈਂਟ ਹੈਗਾ। ਉਹ ਫਿਰ ਆਪਾਂ 4x4 ਦੀ ਆਪਾਂ ਟੈਸਟ ਡਰਾਈਵ ਵੀ ਲਵਾਂਗੇ, ਅਤੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਆਗਾ 4x4 ਟਰੈਕਟਰ ਆਪਣਾ, ਠੀਕ ਆ। ਉਹਦੀ ਟੈਸਟ ਡਰਾਈਵ ਵੀ ਲਵਾਂਗੇ, ਅਤੇ ਆਹ ਦੇਖੋ ਇੱਥੇ ਬਹਿ ਜਾਂਦੇ ਹਾਂ ਆਪਾਂ।
ਯਾਰ ਸੀਟ ਕਿਆ ਹੀ ਬਾਤਾਂ ਨੇ, ਮਤਲਬ ਸੀਟ ਬਹੁਤ ਕੰਫਰਟੇਬਲ ਆ ਜਾਣੀ ਜੀ ਇਹਦੀ। ਜਾਣੀ ਵੀ ਇਸ ਟਰੈਕਟਰ ਵੀ ਫੋਰ ਸਪੀਡ ਆ, ਠੀਕ ਆ। ਜਾਣੀ ਦੀ ਫੋਰ ਸਪੀਡ ਟਰੈਕਟਰ ਕੱਢਤੇ ਜਾਉਂਡੀਅਰ ਵਾਲਿਆਂ ਨੇ, ਸਿਰਾ ਗੱਲਬਾਤ ਆ ਜਾਣੀ ਦੀ ਪੂਰੀ। ਪਰ ਇੱਕ ਗੱਲ ਆ ਮਿੱਤਰੋ, ਜਿਹੜਾ ਲੋਹਾ ਲੱਗਿਆ ਉਹਨੂੰ ਬਹੁਤ ਹੈਵੀ ਲੋਹਾ ਹੈਗਾ, ਜਾਣੀ ਦੀ ਬਹੁਤ ਭਰਮਾ ਜਿਹਾ ਟਰੈਕਟਰ ਹੈਗਾ। ਜਾਣੀ ਦੀ ਖਾਲੀ ਖਾਲੀ ਜਾਣੀ ਕੋਈ ਕਹਿ ਸਕਦੇ ਵੀ ਕਿਸੇ ਪਾਸੋਂ ਖਾਲੀ ਖਾਲੀ ਜਿਹਾ ਲੱਗਦਾ ਹੋਵੇ, ਬਹੁਤ ਭਰਮਾ ਜਿਹਾ ਟਰੈਕਟਰ ਹੈਗਾ, ਠੀਕ ਆ। ਦੇਖੋ ਇਹ ਸ਼ੋਅ ਐਂ ਨਹੀਂ ਵੀ ਆ ਗਈ, ਅਤੇ ਕੁਛ ਸਲਾਂਸਰ ਸਾਈਡ 'ਤੇ ਕਰਕੇ ਵਿਊ ਗਹਿਣ ਸਾਰਾ ਦਿੰਦਾ ਹੈਗਾ। ਯਾਰ ਖੜੀ ਆਪਣੀ ਗੱਡੀ, ਠੀਕ ਆ। ਮਿੱਤਰੋ ਬੈਟਰੀ ਦੀ ਪਲੇਸਮੈਂਟ ਉਰੇ ਦਿੱਤੀ ਹੋਈ ਹੈਗੀ, ਜਿਹੜੀ ਕਿ ਬਾਹਲੀ ਵਧੀਆ ਗੱਲ ਆ ਗਈ, ਅਤੇ ਠੀਕ ਆ। ਅਤੇ ਆਹ ਦੇਖੋ ਇਹਨਾਂ ਨੇ ਕਿੰਨੀ ਘੰਟੀ ਆਹ ਦੇਖੋ ਆਹ ਲੱਗਿਆ ਹੋਇਆ ਇੱਕ, ਇਹਨੂੰ ਆਪਾਂ ਖੋਲ੍ਹ ਕੇ ਇੱਥੋਂ ਚਾਬੀ ਲਾ ਕੇ ਇਹਨੂੰ ਚੱਕ ਸਕਦੇ ਹਾਂ, ਠੀਕ ਆ। ਇਹ ਸ਼ੋਅ ਉੱਤੇ ਆ ਜੂਗੀ, ਅਤੇ ਮੈਨੂੰ ਬਹੁਤ ਘੈਂਟ ਲੱਗਿਆ ਯਾਰ ਜਾਣੀ ਦੀ ਟਰੈਕਟਰ। ਅਤੇ ਵਾਟਰ ਫਿਲਟਰ ਜਿਹਾ ਆਪਣਾ ਇੱਥੇ ਦਿੱਤਾ ਹੋਇਆ, ਇੱਧਰੋਂ ਸਿਰ ਹੀ ਆ ਜਾਣੀ ਦੀ ਗੱਲਬਾਤ। ਇਹਦੇ ਥੱਲੇ ਆ ਪੈਪ ਜੀ, ਕਾਹਦੀ ਕਾਲੀ ਲਾਈ ਹੋਈ ਜਿਹੜੀ ਜਿਹੜੀ ਬਲੈਕ ਰੰਗ ਦੀ 4x4 ਦੀ ਹੁੰਦੀ ਇਹ, ਕਾਹਤੋਂ ਲਾਉਂਦੇ ਹੁੰਦੇ ਨੇ ਜੀ 4x4? ਇਹਦੇ ਨਾਲ ਆ ਟਾਇਰ ਚੱਲਦੇ ਨੇ, ਜ਼ੋਰ ਮਾਰਦੇ ਨੇ। ਅੱਛਾ, ਇਹ ਵਿੱਚ ਹੋਊਗਾ ਜੀ ਕੋਈ ਚੀਜ਼ ਘੁੰਮਣ ਦਾ? ਇਹਦੇ ਨਾਲ ਆ ਦੇਖ, ਇਹਦੇ ਨਾਲ ਇਹ ਪਲਾਸਟਿਕ ਦੀ ਜੀ, ਇਹਦਾ ਪਲਾਸਟਿਕ ਦੀ ਜੀ ਪੈਪ ਦੇਖੋ, ਇਹਦੇ ਅੰਦਰ ਪੀਟੀਓ ਆ, ਫਿਰ ਠੀਕ ਅੰਦਰ ਘੁੰਮਦੀ ਆ ਉਹ, ਠੀਕ ਆ। ਇਹ ਪੈਪ ਦੇ ਅੰਦਰ ਜਿਹੜਾ ਲੱਗੀ ਹੋਈ ਪੀਟੀਓ, ਜਦ ਉਧਰੋਂ ਗੇਅਰ ਪਾਉਣੇ ਆ ਆਹ ਟਾਇਰਾਂ ਦੇ ਨਾਲ, ਫਿਰ ਆਹ ਟਾਇਰ ਵੀ ਜ਼ੋਰ ਮਾਰਨਾ। ਹਾਂ, ਆਮ ਤੌਰ ਤੇ ਫਿਰ ਨਹੀਂ ਆਹ ਇਕੱਲੇ ਟਾਇਰ ਚਲਾਉਣੇ, ਜਦ ਤੁਸੀਂ ਜ਼ੋਰ ਲਵਾਉਣਾ ਫਿਰ ਆਹ 4x4 ਤੇ ਹੋ ਜਾਣਾ, ਠੀਕ ਆ। ਠੀਕ ਆ ਜੀ, ਆਹ ਦੇਖ ਲਓ ਮਿੱਤਰੋ, ਸਟੀਅਰਿੰਗ ਵੀ ਇੱਥੋਂ ਐਨ ਨਿਆਰਨਾ ਯਾਰ, ਕੰਫਰਟੇਬਲ ਬਹੁਤ ਆ ਨਾ ਟਰੈਕਟਰ, ਅਤੇ ਐਂ ਕਿਤੋਂ ਖਾਲੀ ਖਾਲੀ ਜਾ ਨਹੀਂ ਲੱਗਦਾ, ਭਰਮਾ ਟਰੈਕਟਰ ਆ। ਦੇਖੋ ਆਹ ਵੀ ਤੁਹਾਨੂੰ ਦਿਖਾਉਣਾ ਵੈ, ਲਓ ਇਹਨੂੰ ਜਿਵੇਂ ਮਰਜ਼ੀ ਐਡਜਸਟ ਕਰ ਲਓ ਆਪਦੇ ਹਿਸਾਬ ਨਾਲ, ਠੀਕ ਆ। ਜਿਵੇਂ ਮਰਜ਼ੀ ਐਡਜਸਟ ਕਰ ਸਕਦੇ, ਚੀਜ਼ ਬੜੀ ਘੈਂਟ ਆ ਜੀ ਇਹ। ਅਤੇ ਬਾਕੀ ਆਰਮ ਰੈਸਟ ਦੇਖ ਲਓ ਕਿੰਨੇ ਹੈਵੀ 'ਚ ਲੱਗੇ ਹੋਏ, ਠੀਕ ਆ। ਅਤੇ ਆਹ ਆ ਗਿਆ ਇਹਦਾ ਪੀ ਟੀ ਓ ਵਾਲਾ ਗੇਅਰ, ਇੱਥੋਂ ਆਪਾਂ ਪੀ ਟੀ ਓ ਵਾਲਾ ਗੇਅਰ ਪਾ ਸਕਦੇ ਹਾਂ। ਅਤੇ ਮਿੱਤਰੋ ਬਾਕੀ ਯਾਰ ਆਹ ਚੀਜ਼ ਤਾਂ ਮੈਨੂੰ ਬੜੀ ਘੈਂਟ ਲੱਗੀ, ਇਹ ਟਰੈਕਟਰ ਦਾ ਯਾਰ ਇੰਸਟਰੂਮੈਂਟ ਕਲੱਸਟਰ। ਇਹ ਬਾਕੀ ਮਿੱਤਰੋ ਇੱਥੇ ਆਪਾਂ ਆਪਦਾ ਚਾਰਜ ਲਾ ਸਕਦੇ ਹਾਂ ਮੋਬਾਈਲ, ਠੀਕ ਆ। ਅਤੇ ਯਾਰ ਮੈਨੂੰ ਅੱਛਾ ਆਹ ਦਿੱਤਾ ਹੋਇਆ, ਮੈਂ ਵੀ ਸੋਚੀ ਜਾਵਾਂ ਮਹਾਂ ਵੀ ਇਹ ਮੋਬਾਈਲ ਧਰਾਂਗੇ ਕਿਤੇ, ਆਪਾਂ ਉਰੇ ਮੋਬਾਈਲ ਧਰ ਸਕਦੇ ਹਾਂ, ਠੀਕ ਆ। ਯਾਰ ਬੜੀ ਘੈਂਟ ਚੀਜ਼ ਲੱਗੀ ਮੈਨੂੰ, ਠੀਕ ਆ। ਇਹਨਾਂ ਨੇ ਬਹੁਤ ਕੀਤਾ, ਵੈਸੇ ਉਹਦੇ 'ਚ ਨਹੀਂ ਹੈਗਾ ਸ਼ਾਇਦ ਇਹ, ਨਹੀਂ ਉਹਦੇ ਵਿੱਚ ਵੀ ਆ, ਠੀਕ ਆ। ਉਹਦੇ ਵਿੱਚ ਵੀ ਦਿੱਤਾ ਹੋਇਆ, ਉਹਦੇ ਵਿੱਚ ਸਾਈਡ 'ਤੇ ਆ, ਮੈਂ ਤੁਹਾਨੂੰ ਉਹਦੇ ਵਿੱਚ ਵੀ ਦਿਖਾਉਣਾ ਵੀ ਕਿੱਥੇ ਦਿੱਤਾ ਹੋਇਆ। ਚਾਰਜਿੰਗ ਪੁਆਇੰਟ ਆ ਜਿਹੜਾ, ਆਹ ਰੀਸੈਟ ਸਵਿੱਚ ਆ ਗਈ, ਆਹ ਚਾਰਜਿੰਗ ਪੁਆਇੰਟ ਆ ਗਿਆ, ਠੀਕ ਆ ਮਿੱਤਰੋ। ਅਤੇ ਬਾਕੀ ਆਹ ਲਾਈਟਾਂ ਦਾ ਹੋ ਗਿਆ, ਆਹ ਹਾਰਨ ਦਾ ਹੋ ਗਿਆ, ਠੀਕ ਆ। ਚਲੋ ਦੇਖਦੇ ਹਾਂ ਫਿਰ, ਆਹ ਦੇਖ ਲਓ ਹਾਰਨ ਵੱਜਦਾ ਦਾ, ਠੀਕ ਆ ਮਿੱਤਰੋ। ਬਾਕੀ ਟੈਸਟ ਡਰਾਈਵ ਲੈਂਦੇ ਹਾਂ ਹੁਣ, ਫਿਰ ਤੁਹਾਨੂੰ ਦਿਖਾਉਂਦੇ ਹਾਂ। ਉਰੇ ਸੰਗਲਿਆ ਦਿੰਦੇ ਹੁੰਦੇ ਸੀਗੇ, ਹੁਣ ਆਹ ਚੀਜ਼ ਦੇ ਤੀ ਇਹਨਾਂ ਨੇ, ਜਾਣੀ ਵੀ ਇਹਦੇ ਨਾਲ ਬਹੁਤ ਫਾਇਦਾ ਹੋ ਗਿਆ ਵੀ ਆਪਾਂ ਇਹਦੇ ਲਿਫਟ ਸੈੱਟ ਕਰਨੀ ਆਸਾਨ ਹੋ ਗਈ, ਜਾਣੀ ਇਹਦੇ ਨਾਲ ਇਹ ਚੀਜ਼ ਦਾ ਫਾਇਦਾ ਹੋ ਗਿਆ। ਬਾਕੀ ਹੁਣ ਆਪਾਂ ਹੀ ਲਵਾਂਗੇ ਟੈਸਟ ਡਰਾਈਵ, ਅਤੇ ਤੁਸੀਂ ਅੱਗੇ ਅੱਗੇ ਬਲੌਗ ਦੇਖੀ ਜਾਓ ਫਿਰ। ਆਹ ਦੇਖ ਲਓ ਮਿੱਤਰੋ, ਜਾਉਂਡੀਅਰ ਵਾਲਿਆਂ ਦਾ ਰੂਟਾਵੀਟਰ ਖੜਾ ਦੇਖ ਲਓ, ਠੀਕ ਆ। ਘੈਂਟ ਆ ਨਾ ਚੀਜ਼ ਪੂਰੀ, ਐਨ ਗੱਲਬਾਤ ਆ ਪੂਰੀ, ਓਕੇ। ਮਿੱਤਰੋ ਆਹ ਆਪਾਂ ਬੁੰਡ ਚੱਕ ਲਿਆ, ਹੁਣ ਦੇਖੋ ਤੁਸੀਂ ਟਰੈਕਟਰ ਦੇ ਆ ਸੁੱਕਾ ਏਅਰ ਕਲੀਨਰ, ਠੀਕ ਆ, ਜਿਹੜਾ ਕਿ ਹੁਣ ਨਵੇਂ ਟਰੈਕਟਰਾਂ ਦੇ ਵਿੱਚ ਆਉਂਦਾ ਹੈਗਾ, ਇਹ ਤੁਹਾਨੂੰ ਪਤਾ। ਅਤੇ ਬੈਟਰੀ ਦੀ ਪਲੇਸਮੈਂਟ ਇਹਦੀ ਹੁਣ ਵਧੀਆ ਦਿੱਤੀ ਹੋਈ ਹੈਗੀ, ਠੀਕ ਆ। ਇੱਕ ਸਾਈਡ ਦੀ ਬੈਟਰੀ ਹੈਗੀ, ਅਤੇ ਆਹ ਕੂਲੈਂਟ ਵਾਲਾ ਹੋ ਗਿਆ ਟੈਂਕ ਆਪਣੀ ਸੋਰੀ ਟੈਂਕੀ, ਠੀਕ ਆ ਇਹ। ਅਤੇ ਆਹ ਦੇਖੋ ਆਹ ਹਾਰਨ ਦੀ ਪਲੇਸਮੈਂਟ ਹੈਗੀ ਇੱਥੇ ਨਾਲ, ਇਹ ਮੂਹਰੇ ਹਾਰਨ ਇਹਨਾਂ ਨੇ ਇੱਕੇ ਦਿੱਤਾ ਹੈਗਾ, ਹਾਰਨ ਇੱਕੇ ਦਿੱਤਾ ਜੀ ਇਹਨਾਂ ਨੇ, ਠੀਕ ਆ। ਅਤੇ ਆਹ ਸੀ ਆਪਣਾ ਅਲਟੀਨੇਟਰ, ਜਾਣੀ ਦੀ ਮੈਨੂੰ ਜਾਉਂਡੀਅਰ ਵਾਲਿਆਂ ਦੀ ਇੱਕ ਚੀਜ਼ ਵਧੀਆ ਲੱਗੀ ਵੀ ਜਦੋਂ ਇੱਥੇ ਬੋਨਰ ਸਿੱਟਿਆ ਨਾਲ ਹੁੰਦੇ ਸਾਰਾ ਇੰਜਣ ਦਾ ਸਮਾਨ ਲੋ ਕੇ ਆਉਂਦਾ, ਠੀਕ ਆ। ਫਿਰ ਇੰਨੀ ਨਿੱਕ ਚੀਜ਼ ਨੰਗੀ ਰਹਿ ਜਾਂਦੀ ਇਹਦੀ, ਇਹਨਾਂ ਦੀ ਇੰਨੀ ਨਿੱਕ ਚੀਜ਼ ਦਿਖਦੀ ਹੈਗੀ, ਬਾਕੀ ਸਾਰਾ ਕੁਛ ਵਿੱਚੇ ਲੋ ਕੇ ਆਉਂਦਾ, ਠੀਕ ਆ। ਅਤੇ ਬਾਕੀ ਹਾਈਡਰੋਲਿਕ ਸਿਸਟਮ ਦੇ ਦਿੱਤਾ, ਠੀਕ ਹੈ। ਇਹਦੇ ਵਿੱਚ ਹਾਈਡਰੋਲਿਕ ਆ ਬਹੁਤ ਵਧੀਆ ਇਹ ਚੀਜ਼, ਆਹ ਦੇਖੋ ਐਨ ਨਿਆਰਨਾ ਚੱਕੂ ਆਪਦੀ, ਕੋਈ ਡਿੱਗਣ ਦੀ ਟੈਨਸ਼ਨ ਨਹੀਂ ਹੈਗੀ, ਹਾਈਡਰੋਲਿਕ ਦਿੱਤਾ ਹੋਇਆ, ਠੀਕ ਆ। ਇਹਦਾ ਬਹੁਤ ਫਾਇਦਾ ਹੈਗਾ। ਬਾਕੀ ਤੁਹਾਨੂੰ ਹੁਣ ਇਹਦੀ ਸੋ ਥੱਲੇ ਕਰਦੇ ਹਾਂ ਆਪਾਂ, ਅਤੇ ਇਹਦੀ ਟੈਸਟ ਡਰਾਈਵ ਲੈਂਦੇ ਹਾਂ, ਠੀਕ ਆ ਮਿੱਤਰੋ। ਇਹਦੇ 'ਚ ਵੀ ਪਹਿਲਾਂ ਹੈਗਾ ਜੀ, ਆਹ ਦੇਖੋ ਸਟਾਰਟ ਕਰਤਾ ਬਾਈ ਨੇ, ਠੀਕ ਹੈ। ਇਹਦੇ ਵਿੱਚ ਵੀ 4x4 ਸੀਗਾ ਪਹਿਲਾਂ, 53-10 ਦੇ ਵਿੱਚ ਵੀ ਉਹ ਸੇਲ ਹੋ ਗਿਆ, ਇਸ ਲਈ ਹੁਣ ਚਾਚੀ ਫਿਰ ਇਹਦੀ ਟੈਸਟ ਡਰਾਈਵ ਲੈਣਗੇ। ਚਲੋ ਜੀ ਫਿਰ ਮਿੱਤਰੋ, ਇਹਦਾ ਵੀ ਦੇਖ ਲਓ, ਜਾਣੀ ਵੀ ਬਹੁਤ ਸਾਇਲੈਂਟ ਹੈਗਾ। ਉੱਧਰ ਚਾਚਾ ਜੀ ਚਲਾ ਰਹੇ ਨੇ ਹੁਣ ਟਰੈਕਟਰ, ਠੀਕ ਆ। ਮੈਂ ਇੱਧਰ ਦੂਏ ਮੋਬਾਈਲ ਤੋਂ ਬਲੌਗ ਸ਼ੂਟ ਕਰ ਰਹੇ ਹਾਂ, ਉੱਧਰੋਂ ਲੈ ਕੇ ਆਉਣਗੇ ਚਾਚਾ ਜੀ। ਦੇਖੋ ਜਾਂਦਾ ਬਾਈ ਜਾਉਂਡੀਅਰ ਝੋਟਾ, ਠੀਕ ਆ ਮਿੱਤਰੋ। ਉਹ ਲੈ ਗਏ ਉਹ ਵੀ ਮਿੱਤਰੋ, ਆਉਂਦਾ ਜਾਉਂਡੀਅਰ ਫਿਰ 4x4 ਹੈ, 52-10। ਕਿਵੇਂ ਐਕਸਪੀਰੀਅੰਸ ਫਿਰ, ਕੈਂਟ ਆ ਕੰਮ? ਹਾਂ ਜੀ,
ਗੱਡੀ ਵਾਲੇ ਹੀ ਕੰਮ। ਕਿਵੇਂ ਲੱਗਿਆ ਚਲਾ ਕੇ? ਬੈਕ ਕਰ ਇੱਥੇ ਕਢਾਈ ਮਾੜਾ ਜਿਹਾ। ਕਿਵੇਂ ਲੱਗਿਆ ਚਲਾਉਣ ਨੂੰ? ਗੱਡੀ ਆਈ ਜਿਹਨੂੰ ਗੱਡੀ ਆਉਂਦੀ ਆ ਦੱਸ ਰਹੀ ਆ ਗੱਲਬਾਤ, ਕਿਵੇਂ ਗੱਡੀ ਆਈ ਚਲਾਉਣ ਨੂੰ? ਐਂਡ ਸਮੂਥ ਲੱਗਿਆ ਹਨਾ, ਤੇ ਸਟੀਅਰਿੰਗ ਆਪਾਂ ਟਿਲਟ ਵਗੈਰਾ ਕਰ ਸਕਦੇ ਹਾਂ, ਜਿੱਥੇ ਮਰਜ਼ੀ ਸੈੱਟ ਕਰ ਲੈ, ਇੱਥੇ ਨੀਵਾਂ ਕਰ ਲੈ, ਨਜ਼ਾਰਾ ਹੈ। ਤੁਸੀਂ ਟੈਸਟ ਡਰਾਈਵ ਤਾਂ ਦੇਖ ਲਈ ਹੁਣ ਇਹਦੀ, ਹੁਣ ਲੈ ਕੇ ਚੱਲਦੇ ਇਹਨੂੰ ਉੱਥੇ ਆਪਾਂ। ਕਿੰਨੇ ਵਾਂ ਗੇਅਰ ਪਾ ਰਹੇ ਜੀ? D2 ਦੇਖੋ ਮਿੱਤਰੋ, ਲਓ ਵੀ D2 ਜਦ ਕਿਵੇਂ ਤੋਰ। ਚਲੋ ਜੀ D2 ਗੇਅਰ ਆ ਮਿੱਤਰ ਹੋਏ, ਠੀਕ ਆ, ਇਹਨਾਂ ਨਜ਼ਾਰਾ ਆਉਂਦਾ ਯਾਰ ਬਾਬੇ ਚਲਾ ਕੇ। ਗੱਡੀ ਆ ਇੱਕ ਤਰ੍ਹਾਂ ਦੀ ਮਿੱਤਰੋ, ਤੇਰੇ ਹਾਲੇ ਵੀ ਮੈਨੂੰ ਸੱਤੀ ਵੀ ਦਾ ਪਰ ਜ਼ਿਆਦਾ ਰਹਿਣਾ ਲਾ ਰਹੇ ਨਾ ਪਾਰਕ ਕਰਤਾ। ਬਹੁਤ ਘੈਂਟ ਟਰੈਕਟਰ ਆ, ਠੀਕ ਆ ਮਿੱਤਰੋ ਯਾਰ। ਕਿਵੇਂ ਰਿਹਾ ਜੀ ਫਿਰ ਰਿਵਿਊ? ਟਰੈਕਟਰ ਨਾ ਬੰਬ ਬੰਬ ਲਾਉਣ ਨੂੰ ਇਮਾਨਦਾਰੀ ਨਾਲ ਕਹਿ ਰਿਹਾ, ਚਲਾਉਣ ਨੂੰ ਇੰਨਾ ਨਜ਼ਾਰਾ, ਸਮੂਥ ਕਲੱਚ ਬ੍ਰੇਕ ਤੇ ਗੇਅਰ ਪਾਉਣ ਨੂੰ ਬਿਲਕੁਲ ਵੀ ਨਹੀਂ ਥਕਾਉਂਦਾ, ਇੰਨਾ ਵਧੀਆ ਸਿਸਟਮ, ਤੇ ਗੇਅਰ ਪਾਉਣ ਨੂੰ ਤਾਂ ਬੜਾ ਨਜ਼ਾਰਾ, ਕੰਫਰਟੇਬਲ ਬਹੁਤ ਹੈ ਗੇਅਰ। ਤਾਂ ਇਹਦੀ ਉਰੇ ਕਰਤੀ, ਹਾਂ ਤਾਂ ਇੱਥੇ ਹੁੰਦਾ ਸੀ ਆਹ, ਉਰੇ ਕਰਤਾ ਆਹ, ਸਿਸਟਮ ਕਰਤਾ ਜਿੱਥੇ ਚੱਲ। ਇੱਕ ਆ ਦੇਖੋ ਇਹਦੇ ਆ ਨੋਟਿਸ ਕੀਤਾ, ਮੋਬਾਈਲ ਧਰਨ ਨੂੰ ਹੁਣੇ, ਮੋਬਾਈਲ ਧਰਨ ਨੂੰ ਤੇ ਜੋਂਦੀ ਹੁੰਦੇ ਆਉਂਦੇ ਪਹਿਲਾਂ ਦੇ ਹੀ ਇਹ, ਹਾਂ ਤੇ ਚਾਬੀ ਵਾਲਾ ਸਿਸਟਮ ਆਹ ਜਗ੍ਹਾ ਤੇ ਕਰਤਾ, ਇਹਦੇ ਵਿੱਚ ਕਰਤਾ, ਘੈਂਟ ਆ ਮਿੱਤਰੋ ਦਾ ਟਰੈਕਟਰ ਪੂਰਾ। ਬਸ ਗੱਡੀ ਵਾਲੀ ਆ ਹਿਸਾਬ ਸਾਰਾ, ਚਾਹੇ ਜੀ ਗੱਡੀ ਚਲਾ ਲਈ ਹੋ ਜਾਂ ਟਰੈਕਟਰ ਚਲਾ ਲਿਆ, ਇੰਨਾ ਕੁ ਸਮੂਥ ਬਣਾਇਆ ਪਿਆ ਟਰੈਕਟਰ। ਸਿਸਟਮੈਟਿਕ ਚੈੱਕ ਕਰ ਲਓ ਤੁਸੀਂ, ਠੀਕ ਆ, ਫੋਰ ਬਾਈ ਫੋਰ ਦੇ ਬਾਹਲੇ ਸ਼ਕੀਨ ਨੇ, ਫੋਰ ਬਾਈ ਫੋਰ ਵੀ ਦੇਖ ਲਓ ਮਿੱਤਰੋ। ਅਤੇ ਜਿਹਨੇ ਵੀ ਕੋਈ ਜਾਣਕਾਰੀ ਲੈਣੀ ਹੋਈ ਇਸ ਨੰਬਰ 'ਤੇ ਕੰਟੈਕਟ ਕਰ ਲਿਓ, ਠੀਕ ਆ। ਲਓ ਮਿੱਤਰੋ ਅੱਜ ਦਾ ਵਲੋਗ ਆਪਾਂ ਪੂਰੀ ਐਂਡ ਕਰਦੇ ਹਾਂ, ਹੋਪ ਕਰਦਾ ਤੁਹਾਨੂੰ ਵਲੋਗ ਘੈਂਟ ਲੱਗਿਆ ਹੋਊਗਾ, ਅਤੇ ਜਿਹਨਾਂ ਜਿਹਨਾਂ ਨੂੰ ਜਾਉਂਦੀ ਯਾਰ ਘੈਂਟ ਲੱਗਿਆ, ਫਟਾਫਟ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਮਿਲਦੇ ਹਾਂ ਫਿਰ ਤੁਹਾਨੂੰ ਅਗਲੇ ਵਲੋਗ ਦੇ ਵਿੱਚ। ਬਾਏ ਬਾਏ, ਅਤੇ ਬਾਕੀ ਜਾਉਂਦੀ ਯਾਰ ਵਾਲਿਓ ਸਿਰਾ ਟਰੈਕਟਰ ਪੂਰਾ।